ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। क्वेश्चन जी क्या है, कन्वर्ट द फॉलोइंग टेंपरेचर्स टू सेल्सियस स्केल, मतलब कि जो सानू टेंपरेचर देता होया है उसनू असी सेल्सियस स्केल च कन्वर्ट करना है, सेल्सियस स्केल च बदलना है। सानू टेंपरेचर देता होया है 293 केल्विन, मतलब केल्विन तो असी सेल्सियस स्केल च इसनू बदलना है, कन्वर्ट करना है। हुण सानू पता है कि कोई भी टेंपरेचर अगर सानू ਕੈਲਵਿਨ ਸਕੇਲ 'ਚ ਦਿੱਤਾ ਹੈ ਤਾਂ ਉਸਨੂੰ ਸੈਲਸੀਅਸ ਸਕੇਲ 'ਚ ਕਨਵਰਟ ਕਰਨ ਲਈ, ਮਤਲਬ ਸੈਲਸੀਅਸ ਸਕੇਲ ਦਾ ਟੈਂਪਰੇਚਰ ਲੱਭਣ ਲਈ ਕੈਲਵਿਨ ਸਕੇਲ ਤੋਂ ਅਸੀਂ ਕੀ ਕਰਦੇ ਹਾਂ ਕਿ ਜਿਹੜਾ ਕੈਲਵਿਨ ਸਕੇਲ 'ਚ ਟੈਂਪਰੇਚਰ ਦਿੱਤਾ ਹੁੰਦਾ ਹੈ ਉਸ 'ਚੋਂ ਅਸੀਂ 273 ਫੈਕਟਰ ਕੀ ਕਰ ਦਿੰਦੇ ਹਾਂ, ਮਾਈਨਸ ਕਰ ਦਿੰਦੇ ਹਾਂ। 273 ਫੈਕਟਰ ਅਸੀਂ ਉਸ 'ਚੋਂ ਮਾਈਨਸ ਕਰ ਦਿੰਦੇ ਹਾਂ। ਹੁਣ ਇੱਥੇ ਸਾਨੂੰ ਸਾਡੇ ਕੁਐਸਚਨ 'ਚ ਸਾਨੂੰ ਕੈਲਵਿਨ 'ਚ ਕੀ ਟੈਂਪਰੇਚਰ ਦਿੱਤਾ ਹੈ, ਕੈਲਵਿਨ 'ਚ ਸਾਨੂੰ ਦਿੱਤਾ ਹੈ 293 ਕੈਲਵਿਨ। ਹੁਣ ਅਸੀਂ ਲਿਖ ਸਕਦੇ ਹਾਂ ਕਿ ਜਿਹੜਾ ਕੈਲਵਿਨ 'ਚ ਟੈਂਪਰੇਚਰ ਹੈ ਉਹ ਕਿੰਨਾ ਹੈ, 293 ਕੈਲਵਿਨ। ਅਤੇ ਇਸ 'ਚੋਂ ਅਸੀਂ ਕੀ ਮਾਈਨਸ ਕਰਨਾ ਹੈ, 273 ਫੈਕਟਰ। ਹੁਣ ਇਸ 'ਚੋਂ 273 ਮਾਈਨਸ ਕਰੀਏ ਤਾਂ ਸਾਡਾ ਆਂਸਰ ਆਉਂਦਾ ਹੈ 20, ਅਤੇ 20 ਕੇਸ 'ਚ ਹੋਏਗਾ ਡਿਗਰੀ ਸੈਲਸੀਅਸ 'ਚ, ਕਿਉਂਕਿ ਅਸੀਂ ਸੈਲਸੀਅਸ 'ਚ ਹੀ ਆਪਣਾ ਟੈਂਪਰੇਚਰ ਲੱਭ ਰਹੇ ਹਾਂ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ 293 ਹੈ, 293 ਜਿਹੜਾ ਸਾਨੂੰ ਦਿੱਤਾ ਹੈ, 293 ਕੈਲਵਿਨ ਸਾਨੂੰ ਦਿੱਤਾ ਹੈ, ਉਹ ਸੈਲਸੀਅਸ ਸਕੇਲ 'ਚ ਕਿੰਨਾ ਬਣੇਗਾ, 20 ਡਿਗਰੀ ਸੈਲਸੀਅਸ ਦੇ ਇਕੁਅਲ ਹੋਏਗਾ 293 ਕੈਲਵਿਨ। ਥੈਂਕ ਯੂ।